ਕਰਕੇ ਤਾਂ ਆਪਾਂ ਇੱਥੇ ਪਹੁੰਚੇ ਆ ਨਹੀਂ ਦੂਰ ਕਿ ਪ੍ਰੋਜੈਕਟ ਲੈ ਆ ਇਹ ਫੋਗ ਲਾਈਟ ਆ ਗਈ ਡੀਐਲਆਰ ਆ ਗਈ ਟ੍ਰਿਮ ਬਲਿੰਕ ਆ ਦੇ ਹਾਈ ਬੀਮ ਆ ਲੋ ਬੀਮ ਹਾਂਜੀ ਨਿਪੜਿਆ ਕੰਮ ਕੰਮ ਨਿਪੜ ਗਿਆ ਵੀਰੇ ਕਰ ਰਹੇ ਹੋ ਪੇਮੈਂਟ ਫਿਰ ਜਾਣ ਦੀ ਵਾਰ ਕਰੀ ਹਵਾ ਲੈ ਰਿਹਾ ਹੈ ਹਵਾ ਬਹੁਤ ਠੰਡੀ ਆਂਦੀ ਹੈ ਰੋਟਾਂ ਦੀ ਹਵਾ ਬਹੁਤ ਕਰਮਾ ਚ ਹੈ ਨਹੀਂ ਜਿਹਦੇ ਲੱਗ ਜਾਂਦੇ ਨੇ ਠੰਡੀ ਹਵਾ ਕਰਮਾ ਚ ਹੈ ਨਹੀਂ ਨਾਲ ਦੀ ਨਾਲ ਗਰਮ ਹਵਾ ਨਹੀਂ ਸ਼ੁਰੂ ਹੋ ਜਾਂਦੀ ਹੈ ਅੱਜ ਚੱਲੇ ਆਂ ਜੀ ਆਪਾਂ ਮੋਡੀਫਿਕੇਸ਼ਨ ਕਰਾਉਣ ਸਾਨੂੰ ਕਾਫੀ ਦੂਰ ਜਾਣਾ ਪੈ ਰਿਹਾ ਹੈ ਪਟਿਆਲੇ ਤੋਂ ਦਿੱਲੀ ਜਾਣਾ ਪੈ ਰਿਹਾ ਸਾਨੂੰ ਤੇ ਤੁਹਾਨੂੰ ਜਾ ਕੇ ਦਿਖਾਉਂਦੇ ਆਂ ਅਸੀਂ ਕੀ ਕੁਝ ਕਰਾਉਣਾ ਆਪਾਂ ਨੇ ਗੱਡੀ ਦਾ Z6 ਤੋਂ ਆਪਾਂ ਨੇ Z8 ਬਣਾਉਣੀ ਹੈ ਲਗਜ਼ਰੀ ਦਿਖਾਵਾਂਗੇ ਤੁਹਾਨੂੰ ਕੀ ਕੁਝ ਮਿਲਦਾ ਉੱਥੇ ਕੀ ਕੁਝ ਪਵਾ ਸਕਦੇ ਹਾਂ ਆਪਾਂ ਗੱਡੀ ਦੇ ਵਿੱਚ ਅੱਜ ਇੱਕ ਨਵੇਂ ਰੂਟ ਨੂੰ ਚੱਲੇ ਹਾਂ ਅਸੀਂ ਦਿੱਲੀ ਇਹ ਆਪਣਾ ਅੰਬਾਲੇ ਤੋਂ ਰੁੱਤਕ ਵਾਲੀ ਸਾਈਡ ਨੂੰ ਬਾਈਪਾਸ ਬਣਿਆ ਹੋਇਆ ਅਤੇ ਵਧੀਆ ਖਾਲੀ ਰੋਡ ਹੈ ਇੱਥੇ ਨੂੰ ਜਾਵਾਂਗੇ ਕਿਉਂਕਿ ਅੰਬਾਲੇ ਤੋਂ ਕਰਨਾਲਾ ਰੋਡ 'ਤੇ ਰਸ਼ ਬਹੁਤ ਹੁੰਦਾ ਇਸ ਕਰਕੇ ਆਪਾਂ ਇਹ ਰੁੱਤਕ ਵਾਲਾ ਚੂਜ਼ ਕੀਤਾ ਰੋਡ ਅਤੇ ਹੁਣ ਆਪਾਂ ਚਾਹ ਪੀਂਦੇ ਹਾਂ ਫਿਰ ਟਾਈਮ ਨਾਲ ਜਲਦੀ ਚੱਲ ਪਏ ਸੀ ਇਸ ਕਰਕੇ ਹੁਣ ਰਸਤੇ ਦੇ ਵਿੱਚ ਰੁਕਿਆ ਥੋੜ੍ਹਾ ਜਿਹਾ ਟੀ ਬ੍ਰੇਕ ਲੈਂਦੇ ਹਾਂ 11 ਵਜੇ ਸ਼ੋਪ ਓਪਨ ਹੋ ਜਾਂਦੀਆਂ ਨੇ ਦਿੱਲੀ ਦੇ ਵਿੱਚ ਚਲੋ ਦੇਖਦੇ ਹਾਂ ਉਦੋਂ ਤੱਕ ਪਹੁੰਚ ਹੀ ਜਾਵਾਂਗੇ ਟਾਈਮ ਨਾਲ ਬਾਕੀ ਪਹੁੰਚ ਕੇ ਪਤਾ ਲੱਗੂਗਾ ਹਾਂਜੀ ਕਰਤਾ ਔਡਰ ਠੀਕ ਹੈ ਅੱਜ ਸਾਡੇ ਵਿੱਚ ਤਰਨਜੀਤ ਸਿੰਘ ਅਤੇ ਹਰਜੀਤ ਸਿੰਘ ਬੈਠੇ ਨੇ ਗੁਰੀ ਤਾਂ ਭਾਈ ਮਿਸ ਕਰ ਗਿਆ ਜੱਗੀ ਵੀ ਮਿਸ ਕਰ ਗਿਆ ਅੱਜ ਕਿਹੜੀ ਜਗ੍ਹਾ ਤੇ ਇਹ ਇਹ ਕਿਹੜਾ ਪੁਆਇੰਟ ਹੈ ਕਿਹੜੀ ਜਗ੍ਹਾ ਇਹ 93 ਮਾਈਲਸਟੋਨ ਸਰ 93 ਓਰੀਓ ਠੀਕ ਹੈ ਲਓ ਜੀ ਅਸੀਂ ਪਹੁੰਚ ਗਏ ਆ ਗੱਡੀ ਨੂੰ ਲੈ ਕੇ ਜੈ ਆਟੋ ਬਹੁਤ ਵਧੀਆ ਕੰਮ ਕਰਦੇ ਨੇ ਸਕੋਰਪੀਓ ਦਾ ਸਪੈਸ਼ਲਿਸਟ ਉਹਨੇ ਪੂਰੇ ਇਹਨੇ 10 ਵਜੇ ਸੋਚਿਆ ਸੀ ਫਿਰ ਵੀ 11 ਵਜ ਗਏ ਸਾਨੂੰ ਆਉਂਦਿਆਂ ਨੂੰ ਅਤੇ ਗੱਡੀਆਂ ਹਜੇ ਆਈਆਂ ਨਹੀਂ ਹੈਗੀਆਂ ਪਹਿਲਾਂ ਦੀਆਂ ਖੜੀਆਂ ਉਹਨਾਂ ਦੇ ਕੰਮ ਚੱਲ ਰਿਹਾ ਲਵਾਨੇ ਆਪਣੀ ਵੀ ਗੱਡੀ ਆਪਾਂ ਅੰਦਰ ਆ ਬੈਠੇ ਹਾਂ ਸੋਨੂੰ ਬਾਈ ਚਲੋ ਲਓ ਜੀ ਕਰਤਾ ਕੰਮ ਸਟਾਰਟ ਸਾਰੇ ਲੋਕ ਖੋਲ੍ਹ ਰਹੇ ਨੇ ਇਹ ਪਹਿਲਾਂ ਬੰਪਰ ਪੱਟ ਲੈਣਗੇ ਸਾਰਾ ਹੁਣ ਇਹ ਪਹੁੰਚਗੀਆਂ ਲਾਈਟਾਂ ਆਪਣੀਆਂ ਫੋਗ ਲਾਈਟ ਲਓ ਜੀ ਆਪ ਪਹੁੰਚ ਗਈਆਂ ਫੋਗ ਲਾਈਟ ਇੱਥੇ ਇੰਸਟਾਲ ਹੋਣਗੀਆਂ ਇਹ ਸਾਰਾ ਖੁੱਲ੍ਹੇਗਾ ਨਾਲ ਇਹ ਲੱਗੇਗਾ ਇਹਦੇ ਵਿੱਚ ਫੋਗ ਲਾਈਟ ਲੱਗੇ ਹੁਣ ਇਹਨੂੰ ਖੋਲ੍ਹਣਗੇ ਜੀ ਸਾਰਾ ਬੰਪਰ ਉਤਰੇਗਾ ਇਹ ਤਾਂ Z8 ਲਗਜ਼ਰੀ ਮੈਂ ਆਤਾ ਜਾਂ ਬੇਬੀ ਇਹਨੂੰ ਫਿਨਿਸ਼ ਅੱਛਾ ਵਹੀ ਡਾਲਣਾ ਹੈ ਇਹ ਕਹਿੰਦੇ ਸੀ ਪਿਆਨੋ ਫਿਨਿਸ਼ ਵਾਲੀ ਲਗਾਉਣੀ ਹੈ ਇੱਥੇ ਕੰਸੋਲ ਇਹ ਵਧੀਆ ਨਹੀਂ ਲੱਗਦੀ ਇਹਦੇ ਨਾਲ ਦੇ ਹੋ ਜਾਣਗੇ ਜਿੱਦਾਂ ਇਹ ਬਲੈਕ ਪਿਆਨੋ ਫਿਨਿਸ਼ ਸ਼ਾਈਨ ਕਰ ਰਹੀ ਹੈ ਇੱਦਾਂ ਆ ਜਾਏਗਾ ਇਹ ਨਵੀਂ ਗੱਡੀ ਨੂੰ ਪੱਟਣਾ ਬੜਾ ਔਖਾ ਜਿਹਾ ਲੱਗਦਾ ਕੰਮ ਮਨ ਨੂੰ ਚੰਗਾ ਨਹੀਂ ਲੱਗਦਾ ਚਲੋ ਕਰਾਉਣਾ ਪੈਣਾ ਜੇ ਵਧੀਆ ਲੱਗੇਗੀ ਆਹ ਮੈਟ ਆਪਣੇ ਪਏ ਹੋਏ ਨੇ ਪਹਿਲਾਂ 70 ਮੈਟ ਪਵਾਏ ਹੋਏ ਨੇ ਆਪਾਂ ਨੇ ਇਹ ਵੀ ਆਪਣੇ ਹੈਗਾ ਇਹ ਵੀ ਪਿਆਨੋ ਫਿਨਿਸ਼ ਕਰਾਉਣੇ ਪੈਣਗੇ ਇਹ ਸਿਲਵਰ ਕਹਿੰਦੇ ਸੀ ਲੇਕਿਨ ਆਪਾਂ ਸਿਲਵਰ ਰੱਖਣੇ ਨਹੀਂ ਇੱਦਾਂ ਹੀ ਰੱਖਾਂਗੇ ਇਹਨੂੰ ਚੇਂਜ ਕਰਾਵਾਂਗੇ ਆਹ ਦੇਖੋ ਇਹ ਅੰਦਰ ਇਹਦੇ ਨਾਲ ਦਾ ਹੋ ਜਾਏਗਾ ਫਿਰ ਸੇਮ ਆਪਾਂ ਨੂੰ ਜੀ ਆਹ ਕੰਮ ਦਾ ਐਸਟੀਮੇਟ ਟਾਈਮ 3 ਘੰਟੇ ਦੱਸਿਆ ਇਹਨਾਂ ਨੇ ਵੀ 3 ਘੰਟੇ 'ਚ ਤੁਹਾਡਾ ਫਾਈਨਲ ਹੋ ਜਾਏਗਾ ਬਾਕੀ ਦੇਖਦੇ ਹਾਂ ਕਿੰਨਾ ਟਾਈਮ ਲੱਗਦਾ ਕੰਮ ਦੇ ਹਿਸਾਬ ਨਾਲ ਟਾਈਮ ਲੱਗਣਾ ਜਿੰਨਾ ਕੰਮ ਹੋਏਗਾ ਉਨਾ ਟਾਈਮ ਜ਼ਿਆਦਾ ਲੱਗੇਗਾ ਲਓ ਜੀ ਖੋਲ੍ਹ ਦਿੱਤਾ ਸਾਰਾ ਬੰਪਰ ਲਾਈਟ ਖੁੱਲ੍ਹ ਗਈ ਆਹ ਰੱਖਤੀ ਲਾਈਟ ਅਤੇ ਇਹਦੇ 'ਚ ਫੋਗ ਲਾਈਟ DLR ਇੰਸਟਾਲ ਹੋਣਗੀਆਂ ਹੁਣ ਜਿਹੜੀਆਂ ਇਹਦੇ 'ਚ ਆਉਂਦੀਆਂ ਨਹੀਂ ਸੀ Z6 ਦੇ ਵਿੱਚ ਸਾਰੀ ਲੁੱਕ ਇਹ ਲਾਈਟਾਂ ਨਾਲ ਹੀ ਬਣਦੀ ਆ ਗੱਡੀ ਦੀ ਜਦੋਂ ਇਹ ਲਾਈਟਾਂ ਪੈ ਜਾਂਦੀਆਂ ਨੇ ਤਾਂ
ਦਿਨ ਦੇ ਵਿੱਚ ਵੀ ਆਨ ਰਹਿੰਦੀਆਂ ਨੇ, ਸੋਹਣੀਆਂ ਲੱਗਦੀਆਂ ਨੇ, ਫਿਰ ਡੀ ਐੱਲ ਆਰ ਆਨ ਰਹਿੰਦੀ ਉਦੋਂ। ਸਾਰਾ ਇਹੀ ਚੱਕਰ ਦੇ ਵਿੱਚ ਆਪਾਂ ਅੱਜ ਦਿੱਲੀ ਆਏ ਹਾਂ ਜੈ ਆਟੋ ਦੇ। ਇਹ ਪੰਜਾਬ ਦੇ ਵਿੱਚ ਆਪਾਂ ਸਭ ਜਗ੍ਹਾ ਪਤਾ ਕਰ ਲਿਆ ਸੀ, ਕਿਤੇ ਨਹੀਂ ਮਿਲੇ ਜੀ, ਤਾਂ ਕਰਕੇ ਸਾਨੂੰ ਦਿੱਲੀ ਆਉਣਾ ਪਿਆ। ਬਾਕੀ ਦਿੱਲੀ ਆ ਕੇ ਤਾਂ ਸਾਰਾ ਕੁਛ ਮਿਲ ਜਾਂਦਾ ਆਪਾਂ ਨੂੰ, ਜਿੱਦਾਂ ਮਰਜ਼ੀ ਆਪਾਂ ਮੋਡੀਫਿਕੇਸ਼ਨ ਕਰਾ ਸਕਦੇ ਹਾਂ, ਕਰੋਮ ਕਰਾ ਸਕਦੇ ਇਹਨਾਂ ਨੂੰ ਆਪਾਂ, ਪਰ ਇਹ ਮੈਨੂੰ ਕਰੋਮ 'ਚ ਸੋਹਣੇ ਜਚੇ ਨਹੀਂ, ਮੈਨੂੰ ਇੱਦਾਂ ਹੀ ਜਚ ਰਹੇ ਨੇ ਸਿਲਵਰ ਕਲਰ ਦੇ। ਇੰਨਾ ਫਰਕ ਵੀ ਨਹੀਂ ਪੈਂਦਾ ਹੈਗਾ ਇਹਦਾ ਦੇਖਣ ਨੂੰ। ਫੋਕ ਲਾਈਟ ਜ਼ਰੂਰੀ ਨੇ, ਅਲਾਈ ਵੀਲ ਜ਼ਰੂਰੀ ਨੇ, ਅਤੇ ਆਹ ਕਰੋਮ ਦੇ ਵਿੱਚ ਜ਼ਰੂਰੀ ਹੈ ਸਿਗਨੇਚਰ ਲਾਈਨ, ਬਸ ਬਾਕੀ ਤਾਂ ਆਪਣਾ ਸਾਰਾ ਸਹੀ ਹੈ। ਫੋਟੋ ਸਟੈਪ ਵੀ ਆਪਣਾ ਬਲੈਕ ਨੇ, ਅਤੇ ਫੋਲੋ ਕਰੋ, ਸਬਸਕ੍ਰਾਈਬ ਕਰੋ ਸਾਹਿਬਦੀਪ ਬਲੌਗ ਚੈਨਲ ਨੂੰ, ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਆਵਾਂਗੇ, ਗੱਡੀ ਬਾਰੇ ਵੀ ਜਾਣਕਾਰੀ ਦੇਵਾਂਗੇ, ਅਤੇ ਬਾਕੀ ਘੁਮਾਵਾਂਗੇ ਵੀ ਕਾਫੀ ਜਗ੍ਹਾ 'ਤੇ, ਤੁਹਾਨੂੰ ਨਵੀਂ ਨਵੀਂ ਜਗ੍ਹਾ 'ਤੇ ਘੁੰਮਣ ਵਾਸਤੇ ਵੀ ਜਾਵਾਂਗੇ ਆਪਾਂ, ਦਿਖਾਉਂਦੇ ਰਹਾਂਗੇ, ਬਲੌਗ ਬਣਾਉਂਦੇ ਰਹਾਂਗੇ। ਆਪਣੇ 'ਚ ਡਰੀਨੋ ਐਕਸ ਵੀ ਹੈਗਾ, ਦਿਖਾਈ ਜਾਊਂਗਾ ਤੁਹਾਨੂੰ ਮੈਂ ਨਾਲ ਨਾਲ, ਬਣੇ ਰਹੋ ਵੀਡੀਓ ਦੇ ਵਿੱਚ, ਸਕਿੱਪ ਕਰਕੇ ਨਹੀਂ ਵੀਡੀਓ ਦੇਖਣੀ ਹੈਗੀ, ਤੁਹਾਨੂੰ ਪਤਾ ਨਹੀਂ ਲੱਗਣਾ ਹੈਗਾ ਵੀ ਕੀ ਕੁਛ ਰਹਿ ਗਿਆ ਜਲਦਬਾਜ਼ੀ, ਫਿਰ ਮੈਨੂੰ ਕਮੈਂਟ ਕਰਕੇ ਪੁੱਛੋਗੇ, ਇਸ ਕਰਕੇ ਪੂਰੀ ਵੀਡੀਓ ਦੇਖੋ ਧਿਆਨ ਨਾਲ, ਮੈਂ ਸਾਰਾ ਦੱਸਾਂਗਾ ਤੁਹਾਨੂੰ, ਰੇਟ ਵੀ ਦੱਸਾਂਗਾ ਕਿਆ ਕੁਛ ਹੋਇਆ, ਕਿੰਨੇ ਦਾ ਹੋਇਆ, ਪ੍ਰੋਪਰ ਤੁਹਾਨੂੰ ਮੈਂ ਬਾਅਦ ਦੇ ਵਿੱਚ ਬਿੱਲ ਜਦੋਂ ਬਣ ਜਾਏਗਾ ਸਾਰੀ ਜਾਣਕਾਰੀ ਦੇ ਦਾਂਗਾ। ਆਹ ਲਾਈਟਾਂ ਦੇ ਐੱਲ ਈ ਡੀ ਬੱਲਬ ਵੀ ਚੇਂਜ ਕਰ ਰਹੇ ਨੇ, ਅਤੇ 120 ਵਾਟ ਦਾ ਜੋ ਵੀ ਹੈ ਇਹਦੇ 'ਚ ਇੰਸਟਾਲ ਹੋ ਰਹੀ ਹੈ, ਕਪਲਰ ਟੂ ਕਪਲਰ ਹੋ ਰਹੀ ਹੈ, ਪਾਰਕਿੰਗ ਲਾਈਟ ਦੇ ਵਾਈਟ ਕਲਰ ਦੇ ਪਾਰਕਿੰਗ ਲਾਈਟ ਦੇ ਪੈ ਰਹੇ ਨੇ ਛੋਟੇ ਵਾਲੇ। ਇਹ ਲਾਈਟ ਇਹਦੇ ਵਿੱਚ ਐੱਲ ਈ ਡੀ ਜੋ ਇੰਸਟਾਲ ਹੁੰਦੀ ਹੈ ਐੱਮ ਟਰੈਕਸ ਬ੍ਰਾਂਡ ਦੀ ਹੈ, ਫਰਬਰੀ ਦੀ ਬਣੀ ਹੋਈ ਹੈ। ਇਹ ਆਪਣੇ ਜੈਨੂਅਨ ਬੱਲਬ ਨੇ ਜਿਹੜੇ ਯੈਲੋ ਕਲਰ ਵਾਲੇ ਪਏ ਹੋਏ ਸੀ, ਉਹ ਨਿਕਲ ਗਏ ਅਤੇ ਆਹ ਵਾਲੇ ਇੰਸਟਾਲ ਹੋ ਗਏ। ਬਹੁਤ ਫਾਸਟ ਕੰਮ ਹੈ ਮੁੰਡਾ, ਚਾਹੁੰਦੇ ਹਾਂ ਨਾ ਵੀ ਤਸੱਲੀ ਨਾਲ ਕੰਮ ਹੋਵੇ, ਸਕਦੇ ਆਪਾਂ ਕੋਈ ਐਡ ਨਹੀਂ ਕਰਦੇ ਕਿਸੇ ਦੀ, ਮੈਂ ਵੀ ਯੂਟਿਊਬ ਤੋਂ ਦੇਖ ਕੇ ਇੱਥੇ ਆਇਆ, ਅਤੇ ਮੈਨੂੰ ਲੱਗਦਾ ਵੀ ਇਹਨਾਂ ਦਾ ਕੰਮ ਵਧੀਆ, ਅਤੇ ਗੱਡੀ ਵੀ ਖੜਾਉਣ ਨੂੰ ਪਾਰਕਿੰਗ ਦੀ ਜਗ੍ਹਾ ਹੈਗੀ ਇਹਨਾਂ ਕੋਲ, ਇਹ ਨਹੀਂ ਕਿ ਰੋਡ ਦੇ ਉੱਪਰ ਤੁਸੀਂ ਕੋਈ ਸਕਰੈਚ ਲਾ ਕੇ ਲੰਘ ਜਾ, 5-6 ਗੱਡੀਆਂ ਇਹ ਐਟ ਅ ਟਾਈਮ ਖੜਾ ਸਕਦੇ ਨੇ ਇੱਥੇ, ਬੰਦੇ ਲੇਬਰ ਵਾਲੇ ਕਾਫੀ ਨੇ, ਨਾਲ ਦੀ ਨਾਲ ਕੰਮ ਵਧੀਆ ਕਰੀ ਜਾਂਦੇ ਨੇ, ਰੁਕਣਾ ਨਹੀਂ ਪੈਂਦਾ ਹੈਗਾ। ਲਓ ਜੀ ਮੁੰਡਾ ਆ ਰਿਹਾ ਮੁੱਛਾਂ ਨੂੰ ਵਟੇ ਦਿੰਦਾ, ਹੁਣ ਦੇਖੂਗਾ ਇਹ ਜਾਇਜ਼ਾ ਕਰੂਗਾ ਵੀ ਕੀ ਕੁਛ ਹੋਰ ਹੈਗਾ ਵਾ। ਹਾਂਜੀ ਆ ਦੇਖੋ ਲਾਈਟਾਂ ਪਹੁੰਚ ਗਈਆਂ, ਮਤਲਬ ਡੀ ਐੱਲ ਆਰ ਫੋਗ ਲਾਈਟਾਂ, ਇਹ ਇਹਦੇ ਵਿੱਚ ਉਹ ਨਿਕਲ ਜਾਣਗੇ, ਇਹ ਫਿੱਟ ਹੋਣਗੇ, ਫਿਰ ਇਹਦੇ ਵਿੱਚ ਇਹ ਫਿੱਟ ਹੋਣਗੀਆਂ ਲਾਈਟਾਂ, ਵਧੀਆ ਨੇ। ਯੈਸ ਹਾਂ, ਇਹ ਫੋਗ ਲਾਈਟ ਆ ਗਈ, ਇਹ ਡੀ ਐੱਲ ਆਰ ਆ ਗਈ, ਇਹ ਮਹਿੰਦਰਾ ਦਾ ਜੈਨੂਅਨ ਪਾਰਟ, ਜਿਹੜਾ ਕਿ ਹਜੇ ਆਪਾਂ ਨੂੰ ਏਜੰਸੀ ਦੇ ਵਿੱਚ ਵੀ ਨਹੀਂ ਮਿਲਿਆ ਹੈਗਾ ਹਜੇ, ਅਤੇ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਰਿਹਾ। ਇਹਦੇ ਕਰਕੇ ਤਾਂ ਆਪਾਂ ਇੱਥੇ ਪਹੁੰਚੇ, ਇੰਨੀ ਦੂਰ ਸਵੇਰੇ 5 ਵਜੇ ਦੇ ਭੱਜੇ ਹੋਏ ਹਾਂ, ਤਾਂ ਕਿ ਮੌਕਾ ਸਾਂਭਿਆ ਵੀ ਫਿਰ ਗੱਡੀਆਂ ਲੱਗ ਜਾਣਗੀਆਂ, ਚੰਗੇ ਰਹਿ ਕੇ ਜਲਦੀ ਚੱਲ ਪਏ ਸੀ, ਆਰਾਮ ਨਾਲ ਗੱਡੀ ਦਾ ਹੁਣ ਕੰਮ ਹੋ ਰਿਹਾ। ਲਓ ਜੀ ਖੋਲ੍ਹਤੇ, ਹੁਣ ਟਾਪੇ ਟੁੱਪੇ ਖੋਲ੍ਹਤੇ ਜੀ, ਹੁਣ ਮੁੰਡਿਆਂ ਨੇ ਚੱਕ ਲਿਆ ਜੀ ਪੈਨੋ ਫਿਨਿਸ਼ ਵਾਲਾ, ਹੁਣ ਤੁਹਾਨੂੰ ਸ਼ਾਈਨ ਬਣਾ ਕੇ ਦਿਖਾਉਣਗੇ ਜੀ, ਜੈੱਡ 8 ਲਗਜ਼ਰੀ ਵਾਲੀ ਫੀਲ ਦਿਵਾਉਣਗੇ ਹੁਣ ਤੁਹਾਨੂੰ ਜੈੱਡ 6 ਦੇ ਵਿੱਚ। ਮੁੰਡੇ 'ਤੇ ਨਾ ਜਾਇਓ, ਮੁੰਡੇ ਦੇ ਕੰਮ 'ਤੇ ਜਾਇਓ, ਕਹਿੰਦੇ ਬੱਚੀ ਜਿਹਾ ਫਿੱਟ ਕਰ ਹੁੰਦਾ ਮਿੰਟ 'ਚ। ਆਹ ਬਾਈ ਦੀ ਗੱਡੀ ਹੈ ਸਕੋਰਪੀਓ ਕਲਾਸਿਕ SCA ਟੋਪ ਬਣਾਈ ਹੈ ਇਹਨਾਂ ਨੇ, 2 ਦਿਨ ਲੱਗੇ ਨੇ ਖੜਨ ਨੂੰ, ਅਤੇ 2.25 ਲੱਖ ਰੁਪਇਆ ਲੱਗਿਆ, ਪੂਰੀ ਟੋਪ ਬਣ ਗਈ। ਆਹ ਬਾਈ ਦੀ ਗੱਡੀ ਹੈ, ਹਰਿਆਣੇ ਗੁੜਗਾਵਾਂ ਤੋਂ ਨੇ ਗੱਡੀ ਤਿਆਰ ਕਰੀ ਹੈ, ਪੂਰੀ ਇਹ ਟੋਪ ਮਾਡਲ ਬਣਾਈ ਹੈ ਇਹ ਪੂਰੀ ਸਕੋਰਪੀਓ ਕਲਾਸਿਕ, ਕੋਈ 2-2 ਲੱਖ ਲਾ ਕੇ ਗੱਡੀਆਂ ਤਿਆਰ ਹੋ ਰਹੀਆਂ ਨੇ। ਕਿਵੇਂ ਲੱਗਿਆ ਬਾਈ ਤੁਹਾਨੂੰ ਕੰਮ ਇਹਨਾਂ ਦਾ? ਠੀਕ ਹੈ ਬਾਈ, ਠੀਕ ਹੈ, ਰੇਟ ਰੂਟ ਤਾਂ ਨਹੀਂ ਜ਼ਿਆਦਾ ਹੈਗਾ? ਜੈਨੂਅਨ ਰਿਵਿਊ ਦੇ ਰਿਹਾ ਤੁਹਾਨੂੰ, ਮੁੰਡੇ ਨੇ ਕੰਮ ਕਰਾਇਆ ਨੇ, 19 ਨੰਬਰ ਬਣਾ ਤੀ, ਓਕੇ, ਕਹਿੰਦੇ ਤਿਆਰ ਆ ਜੀ, 2 ਦਿਨਾਂ 'ਚ ਤਿਆਰ ਕਰਤੀ ਜੀ ਪੂਰੀ ਇਹ। ਮੁੰਡੇ ਜੀ ਪੂਰੇ ਐਨ ਦੇਖ ਰਹੇ ਨੇ ਗੱਡੀਆਂ ਨੂੰ ਵੀ, ਚੈੱਕ ਰੱਖਿਆ ਦਿੱਲੀ 'ਚ ਫੱਟੇ, ਘੱਟ ਪੈਸਿਆਂ 'ਚ ਗੱਡੀ ਲਿਆਓ ਅਤੇ ਟੋਪ ਬਣਾ ਕੇ ਲੈ ਜਾਓ ਕਿ ਨਹੀਂ।
ਜਿਹੜੇ ਮਨ ਦੀ ਤਸੱਲੀ ਕਰੋ ਨਾਲੇ ਨੁਕਰਾ ਬਣਾ ਕੇ ਲਓ ਜੀ ਕਰੋ ਚੈੱਕ ਲਗਾ ਤੀਆਂ ਫੋਗ ਲਾਈਟਾਂ ਹੁਣ ਤੁਸੀਂ ਉੱਥੋਂ ਨੂੰ ਔਨ ਕਰਕੇ ਦਿਖਾਵਾਂਗੇ ਉਹ 'ਚ ਐੱਲ ਈ ਡੀ ਬੱਲਬ ਪੈ ਗਏ ਇਹ ਡੀ ਐੱਲ ਆਰ ਫੋਗ ਲਾਈਟ ਲੱਗ ਗਈ ਇੱਥੇ ਅਤੇ ਇਹਦੀ ਵਾਇਰਿੰਗ ਇੱਥੋਂ ਡਾਇਰੈਕਟ ਵਾਇਰਿੰਗ ਪਾ ਕੇ ਨਾਲ ਟੱਚ ਕਰਕੇ ਨਾਲ ਲਾ ਦੇਵਾਂਗੇ ਬੈਟਰੀ ਦੇ ਸਪਲਾਈ ਮਿਲ ਜਾਏਗੀ ਅਤੇ ਅੰਦਰ ਤੋਂ ਜਿਹੜੀ ਵਾਇਰ ਪ੍ਰੋਪਰ ਕੰਮ ਕਰਦੀ ਹੈ ਫੋਗ ਲਾਈਟ ਵਾਲੀ ਨੂੰ ਘੁਮਾ ਕੇ ਇੱਥੋਂ ਇਹ ਔਨ ਹੋਣਗੀਆਂ ਡੀ ਐੱਲ ਆਰ ਔਨ ਰਹਿਣਗੀਆਂ ਪਾਰਕਿੰਗ ਲਾਈਟ ਫੋਗ ਲਾਈਟ ਅਲੱਗ ਅਲੱਗ ਸਿਸਟਮ ਹੋਏਗਾ ਜਿਵੇਂ ਕੰਪਨੀ ਫਿਟਡ ਆਉਂਦਾ ਉਹਦਾ 3000 ਰੁਪਏ ਐਕਸਟਰਾ ਲੈਂਦੇ ਨੇ ਇਹ ਵਾਇਰ ਵਾਇਰ ਦਾ ਬਾਕੀ ਤੁਹਾਨੂੰ ਮੈਂ ਸਾਰਾ ਦੱਸੀ ਜਾਂਦਾ ਹੁਣ ਇਹ ਫੋਗ ਲਾਈਟ ਹੈਗੇ ਨੇ ਡੀ ਐੱਲ ਆਰ 15000 ਦੇ 3000 ਦੀ ਤਾਇਰ ਹੈ ਇਹਦੀ ਸਪਲਾਈ ਵਾਲੀ ਅਤੇ 3000 ਦਾ ਇਹਦਾ ਆਲਾ ਹੋਏਗਾ ਕੰਸੋਲ 4000 ਦੇ ਇਹਦੇ ਇਹ ਪੈਨੋ ਵੀ ਨੇ ਫਿਨਿਸ਼ ਵਾਲੇ ਹੋਣਗੇ ਦੱਸੋ ਫਿਰ ਕਮੈਂਟ ਦੇ ਵਿੱਚ ਕਿਵੇਂ ਲੱਗ ਰਹੀ ਆ ਹੁਣ ਨਵੀਂ ਲੁੱਕ ਪਹਿਲਾਂ ਨਾਲੋਂ ਕਾਫੀ ਚੇਂਜ ਆ ਗਿਆ ਬੰਦ ਸੀ ਨਾ ਪਹਿਲਾਂ ਆਹ ਵਾਲੇ ਸੀ ਪਹਿਲਾਂ ਬੰਦ ਅਤੇ ਹੁਣ ਦੇਖੋ ਤੁਸੀਂ ਬਹੁਤ ਸੋਹਣੀ ਲੁੱਕ ਲੱਗ ਰਹੀ ਹੈ ਵਧੀਆ ਕੰਮ ਕਰਦੇ ਨੇ ਆਰਾਮ ਨਾਲ ਕੋਈ ਜਲਦਬਾਜ਼ੀ ਨਹੀਂ ਕਰਦੇ ਇਕੱਲੀ ਇਕੱਲੀ ਚੀਜ਼ ਸੰਭਾਲ ਕੇ ਰੱਖਦੇ ਹਾਂ ਜੋ ਵੀ ਮੇਰਾ ਵੀਰ ਪੰਜਾਬ ਤੋਂ ਕੋਈ ਹੋਵੇ Z6 ਵਾਲਾ ਤਾਂ ਇੱਥੇ ਤਸੱਲੀ ਨਾਲ ਕੰਮ ਕਰਾ ਸਕਦਾ ਬਹੁਤ ਵਧੀਆ ਤਰੀਕੇ ਨਾਲ ਆਪਾਂ ਨੂੰ ਤਾਂ ਤਸੱਲੀ ਹੈ ਜੀ ਕੰਮ ਦੀ ਇਹਨਾਂ ਦੀ ਪੂਰੀ ਬਾਕੀ ਅੰਦਰ ਵਾਇਰਿੰਗ ਕਰਤੀ ਹੁਣ ਇਹਦੇ ਨਾਲ ਫੋਗ ਲਾਈਟ ਨਾਲ ਚਲਾਉਣਗੇ ਇਹਨੂੰ ਅਤੇ ਹੁਣ ਫੋਗ ਲਾਈਟ ਚਲਾਈ ਇਕੱਲੀ ਫੋਗ ਲਾਈਟ ਚੱਲ ਗਈ ਲਾਈਟ ਮਾਰੀ ਬਲਿੰਕ ਆਹ ਤਾਂ ਹਾਈ ਬੀਮ ਹੈ ਆਹ ਲੋ ਬੀਮ ਹੈ ਇਹ ਹੋਰ ਲੈਂਦੇ ਬਾਈ ਨੇ ਵਧੀਆ 1,20,000 ਰੁਪਏ ਬਲੈਕ ਬਲੈਕ ਚੱਲ ਰਹੀ ਹੈ ਇਹ ਬਾਈ ਵੀ ਨਵੀਂ ਕਢਾ ਕੇ ਲਿਆ ਰਹੀ ਗੱਡੀ 1,00,000 ਰੁਪਈਆ ਬਲੈਕ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਆਹ ਗੱਡੀ ਦੀ ਉਹਦੀ 2,00,000 ਰੁਪਈਆ ਬਲੈਕ ਚੱਲ ਰਹੀ ਹੈ ਹਰਿਆਣੇ ਦੇ ਵਿੱਚ ਆਪਣਾ 3 ਘੰਟਿਆਂ ਦੇ ਵਿੱਚ ਗੱਡੀ ਤਿਆਰ ਕਰਤੀ ਇਹਨਾਂ ਨੇ ਫੋਗ ਲਾਈਟਾਂ ਵੀ ਪੈ ਗਈਆਂ ਡੀ ਐੱਲ ਆਰ ਵੀ ਪੈ ਗਏ ਬੱਲਬ ਵੀ ਪੈ ਗਏ ਸਟੇਰਿੰਗ ਵੀ ਕਰਤਾ ਅੰਦਰਲਾ ਪਿਆਨੋ ਬਲੈਕ ਵੀ ਕਰਤਾ 3 ਘੰਟੇ 'ਚ ਗੱਡੀ ਤਿਆਰ ਹੋ ਗਈ ਆਪਣੀ ਹਾਂਜੀ ਨਿਬੜਿਆ ਕੰਮ ਕੰਮ ਨਿਬੜ ਗਿਆ ਵੀਰੇ ਕਰ ਰਹੇ ਹੋ ਪੇਮੈਂਟ ਫਿਰ ਜਾਣ ਦੀ ਵਾਰ ਕਹਿੰਦੇ ਹਵਾ ਲੈ ਰਿਹਾ ਹੈ ਠੰਡੀ ਹਵਾ ਕਰਮਾਂ 'ਚ ਹੈ ਨਹੀਂ ਨਾਲ ਦੀ ਨਾਲ ਗਰਮ ਹਵਾ ਸ਼ੁਰੂ ਹੋ ਜਾਂਦੀ ਹੈ ਚਲੋ ਜੀ ਨਵੇੜੋ ਕੰਮ ਫਿਰ ਚੱਲੀਏ ਆਪਾਂ ਆਪਣਾ ਕੰਮ ਜੀ ਸਾਰਾ ਕੰਪਲੀਟ ਹੋ ਗਿਆ ਅਤੇ ਪੇਮੈਂਟ ਫੜਾਈਏ ਅਤੇ ਆਪਾਂ ਚੱਲੀਏ ਬਾਈ ਜੀ ਨੇ ਆਪਣੀ ਗੱਡੀ ਕਰਤੀ ਤਿਆਰ ਵਰ ਤਿਆਰ Z6 ਤੋਂ Z8 ਬਣਾਤੀ ਬਾਈ ਨੇ ਅੱਜ ਪਾਰਕਿੰਗ ਲਾਈਟ ਫੋਗ ਲਾਈਟ DLR ਹੈਡਲਾਈਟ ਹਾਂਜੀ ਇਹ ਲੋ ਬੀਮ ਹੈ ਜਾਂ ਹਾਈ ਬੀਮ ਹੈ ਅੱਛਾ ਲੋ ਹੈ ਆਹ ਹਾਈ ਬੀਮ ਹੈ ਪੂਰੀ ਗੱਲਬਾਤ ਬਾਈ ਨੇ ਬਹੁਤ ਵਧੀਆ ਕੰਮ ਕਰਕੇ ਦਿਆ ਔਰ ਬਹੁਤ ਅੱਛਾ ਡਿਸਕਾਊਂਟ ਵੀ ਕੀਆ ਪੂਰਾ ਪੰਜਾਬੀਆਂ ਦਾ ਪੂਰਾ ਮਾਣ ਰੱਖਿਆ ਕੰਮ ਤਸੱਲੀ ਬਖਸ਼ ਹੈ ਦੇਖੋ ਇਹ ਦੇਖੋ ਸਟੇਅਰਿੰਗ ਦਾ ਦੇਖੋ ਕਿੰਨਾ ਵਧੀਆ ਰੈਪ ਕਰਿਆ ਕੰਮ ਬਹੁਤ ਤਸੱਲੀ ਵਾਲਾ ਕਰਿਆ ਸਾਈਡ ਤੇ ਦੇਖ ਲਓ ਤੋ ਇਹ ਸਾਰੇ ਚੇਂਜ ਕਰਦੇ ਹਨ ਕਿ ਪਿਆਨੋ ਬਲੈਕ ਕਰਦੇ ਹਨ ਇਹ ਤੋ Z6 ਮੋ ਹੁੰਦਾ ਹੀ ਹੈ ਇਸ ਵਿੱਚ ਇਹ ਲੀਵਰ ਵੀ ਸਿਲਵਰ ਹੁੰਦਾ ਹੈ ਹਾਂ ਲੇਕਿਨ ਆਪਾਂ ਨੇ ਲੁੱਕ ਚੇਂਜ ਬਲੈਕ ਦੇ ਨਾਲ ਬਲੈਕ ਬਣਾ ਕੇ ਰੱਖੀ ਹੈ ਹਾਂ ਇਹ ਸਿਲਵਰ ਵੀ ਕਰਦੇ ਇਹਨਾਂ ਨਾਲ ਵੀ ਸਿਲਵਰ ਵੀ ਹੈਗਾ ਪਾਰਟ ਸਿਲਵਰ ਪਾਰਟ ਵੀ ਹੈ ਤੇ Z4 ਵਾਲਿਆਂ ਵਾਸਤੇ ਸਪੀਕਰ ਵੀ ਇਹਨਾਂ ਕੋਲ ਹੈਗਾ ਸਪੀਕਰ ਵੀ ਸੈਂਟਰ ਕੰਸੋਲ ਵੀ ਹਮਨੇ ਪਿਆਨੋ ਬਲੈਕ ਕਰ ਦਿਆ ਹੈਗਾ ਆਹ ਬਣਾਤਾ ਜੀ ਪਿਆਨੋ ਬਲੈਕ ਬਣਾਤਾ ਇਹਨੂੰ ਤੇ ਆ ਬਟਨ ਪਿਆਨੋ ਬਲੈਕ ਬਣ ਗਏ ਹੋਰ ਵੀ ਕਿਸੇ ਭਾਈ ਕੋ Z6 ਮੇ ਕੰਮ ਕਰਾਣਾ ਤੋ ਜੈ ਆਟੋ ਰਾਮਾ ਰੋਡ ਦਿੱਲੀ ਆ ਸਕਤਾ ਹੈ ਪੰਜਾਬ ਸੇ ਭਾਈ ਬੜੇ ਪਿਆਰ ਸੇ ਬੜੇ ਤਰੀਕੇ ਸੇ ਅੱਛਾ ਕੰਮ ਕਰਕੇ ਦੇਤੇ ਹੈ
काम की क्वालिटी बहुत अच्छी होती है। हाँ जी हाँ, गाड़ी में देख लो और कभी कभार नहीं उठा पाते, व्हाट्सएप पे मैसेज आते हैं, घंटे में हम कर देते हैं। हाँ जी हाँ, जैसे भी हो काम किस टाइम आना है किस टाइम नहीं आना है हर चीज़ की बता देते हैं। तो वधिया, मैं वैसे LED लाइट बल्ब पवाने नहीं सी, तो इन्होंने मैंने सुजैसट किया भी LED बल्ब पवाओ, एक साल की गरंटी है उसकी, बड़ी वाले 120 वाट के LED ट्यूब है, तो वो लाइट बहुत सोहनी आ रही है। पूरी लाइट मैच कर दी है, तिना की ट्यूबा भी सेम ने, DLR फॉग लाइट भी सेम कलर दे विच है। बहुत सोहना काम किया बई ने, बई जी का थैंक यू, बहुत वधिया काम करके दिता। चलो जी हुण असीं चले आं पटियाला वापस, जाते जाते थोनों झलकियां दिखावांगे गड्डी दीआं। आओ जी, थोनू अज खाना खिलाने नीलकंठ, नीलकंठ ढाबे से बहुत सोहनी डेकोरेशन की हुई है। हाँ जी, बहुत वधिया टाइम ते पहुँच गए असीं पटियाले, दिल्ली आपने अज काफ़ी वधिया काम करा लिया, तो जिहड़ी जरूरी मोडिफिकेशन सी Z6 दी अपनी हुण सारी कंप्लीट हो चुकी है, सिर्फ कोटिंग रह गई गड्डी दी, देखते हैं कोटिंग भी करवा लाँगे कदे किसी दिन टाइम कढ के। तो बाकी रिस्पोंस बहुत वधिया मिल रहा है मैनूं, जिहड़ियां LED लाइट बल्ब पवाए ने, लाइट दा थ्रू चैक कर सकते हो, ये लो बीम ते आ, ये हाई बीम ते आ लाइट। बाकी मैं थोनों एक बारी गड्डी खड़ा के दिखाना, एक ले DLR फोग लाइट, नॉर्मल लो हाई, तुम्हें फ्रंट तो भी दिखाना गड्डी खड़ा के। DLR लाइट ऑन की हुई है, आपने कली DLR रिस्पोंस आए, फोग लाइट बंद है, पार्किंग लाइट बंद है। हुण थोनों मैं DLR दे नाल पार्किंग लाइट भी ऑन करके दिखाना। हाँ, हूँ फोग लाइट भी ऑन करती अपने, तो उपर पार्किंग लाइट भी चल गई, तो फोग लाइट भी चल गई, पार्किंग के नाल फोग लाइट चलती है, DLR चलती रहती है। हाँ देखो जी, हूँ लो बीम कर पार्किंग लाइट भी है, फोग लाइट भी है, DLR भी है, तो लो बीम, कली लो बीम है, हाई बीम बंद है हजे। हूँ थोनों हाई बीम के नाल दिखाना मैं। हाँ देखो जी, हूँ आपने हाई बीम के विच करती हैं, हाई तो लो दोनों चल गए, और अब फोग लाइट भी चल गए, तो DLR देख सकते हो, लाइट का पूरा चलना, बहुत ज़्यादा लाइट है जी।